ਮੇਰਾ ਨਾਂ ਸੁਖਜਿੰਦਰ ਕੀ ਹੋਇਆ ਸਰ? ਕਿਉਂ ਸਰ, ਮਗਰੋਂ ਹੀ ਕੋਈ ਸ਼ਰਾਰਤ ਕਰ ਗਿਆ, ਕੋਈ ਲਾ ਗਿਆ। ਕਿੱਥੋਂ ਆ ਕਿੱਥੋਂ ਰਹੇ ਸੀਗੇ? ਅਸੀਂ ਆ ਕੰਮਿਆਂ ਗੇਟ ਤੋਂ ਹੀ ਆ ਰਹੇ ਸੀ। ਕਿੰਨੀਆਂ ਟਰਾਲੀਆਂ ਸੀ ਜਿਹੜੀਆਂ ਪਰਾਲੀ ਦੀਆਂ ਗੱਠਾਂ ਭਰੀਆਂ? ਦੋ ਸੀਗੀਆਂ, ਇੱਕ ਲੰਘ ਗਈ। ਪਹਿਲਾਂ ਇੱਕ ਲੰਘ ਗਈ ਸੀ? ਹਾਂਜੀ। ਪਿਛਲੀ ਟਰਾਲੀ ਨੇ ਲੱਗਿਆ? ਹਾਂਜੀ। ਤੇ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਹੀ ਹਜੇ ਕੱਢੇ ਪਤਾ ਲੱਗੂਗਾ, ਵੱਧ ਹੀ ਨੁਕਸਾਨ। ਟਰੈਕਟਰ ਨੂੰ ਵੀ ਕੋਈ ਨੁਕਸਾਨ ਹੋਇਆ? ਟਰੈਕਟਰ ਵੱਜ ਗਿਆ ਜੀ। ਮਤਲਬ ਲੋਕਾਂ ਨੇ ਹਿੰਮਤ ਕਰਕੇ ਬਚਾਇਆ? ਹਾਂਜੀ। ਹੁਣ ਕੀ ਪੋਜੀਸ਼ਨ ਹੈ? ਪੋਜੀਸ਼ਨ ਇਹੀ ਹੈ ਜੀ, ਹੁਣ ਤਾਂ ਕੋਈ ਮਸ਼ੀਨ ਆਵੇ ਤਾਂ ਬਾਹਰ ਕੱਢੀਏ। ਦੂਜੀ ਟਰਾਲੀ ਪਹਿਲਾਂ ਨਿਕਲ ਗਈ ਸੀ ਕਿਸੇ ਕੰਮ? ਸਹੀ ਸਲਾਮਤ ਨਿਕਲ ਗਈ। ਨਹੀਂ, ਇਹ ਬਿਜਲੀ ਸਪਾਰਕ ਨਾਲ ਵੀ ਹੋ ਸਕਦੀ ਕਿ ਕਿਸੇ ਨੇ ਜਾਣ ਬੁੱਝ ਕੇ ਸ਼ਰਤ? ਜਾਣ ਬੁੱਝ ਕੇ ਸ਼ਰਾਰਤ ਕੀਤੀ। ਕੀ ਲੱਗਦਾ ਤੁਹਾਨੂੰ, ਹੈ ਵੀ ਕਿਸੇ ਤੇ ਸ਼ਰਤੀ? ਚੱਕ ਲੰਘੇ ਆ ਸਾਡੇ ਕੋਲ ਦੀ ਲੰਘੇ ਜੀ, ਤਿੰਨ ਤਿੰਨ ਜਾਣੇ। ਸਾਨੂੰ ਹੁਣ ਕੀ ਪਤਾ ਜੀ, ਅਸੀਂ ਤਾਂ ਮੋਟਰਸਾਈਕਲ ਤੇ ਸੀ। ਡਰਾਈਵਰ ਕਿਹੜਾ ਭਾਈ? ਇਹ ਤਾਂ ਅਸੀਂ ਜੀ ਘਰੇ ਬੈਠੇ, ਸਾਨੂੰ ਫੋਨ ਆਇਆ, ਚੌਂਕੀਦਾਰ ਆਇਆ, ਭੱਜਿਆ ਭੱਜਿਆ ਜੀ ਬਾਹਰ ਟਰਾਲੀ ਨੂੰ ਨਾ ਭੋਂਗਾ, ਟਰਾਲੀ ਸੀ ਆਈ ਜਾਂਦੀ ਉਹਨੂੰ ਅੱਗ ਪੈ ਗਈ ਆ। ਅਸੀਂ ਜਦੋਂ ਆਏ ਉਹ ਸਾਡੇ ਕੋਲ ਦੂਸਰੇ ਸਿਲੰਡਰ ਹੁੰਦੇ ਆ ਪੰਪ ਤੇ, ਜਿਹੜੇ ਅਸੀਂ ਲੈ ਕੇ ਆਏ, ਪਰ ਉਹਦੇ ਨਾਲ ਕੋਈ ਫਾਇਦਾ ਨਹੀਂ, ਦੋ ਚਲਾਏ। ਤੇ ਉਸ ਤੋਂ ਬਾਅਦ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, 5-10 ਮਿੰਟਾਂ ਦੇ ਬਾਅਦ ਤੋਂ ਬਾਅਦ ਫਾਇਰ ਬ੍ਰਿਗੇਡ ਆ ਗਈ ਇੱਥੇ। ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ। ਕਿੰਨੀ ਕੁ ਸਾਰੀ ਸਾਰੀ ਟਰਾਲੀ ਫੁੱਲ ਸੀ, ਲੋਡ ਸੀ, ਸਾਰੀ ਮੱਚ ਗਈ। ਸਰ, ਜਿਵੇਂ ਟਰਾਲੀ ਦੇ ਦੋਵੇਂ ਆਸੇ ਪਾਸੇ ਪੈਟਰੋਲ ਪੰਪ ਹੋਵੇ, ਦੋਨਾਂ ਸਾਈਡਾਂ ਤੇ ਵੱਡਾ ਰਿਸਕ ਵੀ ਹੋ ਸਕਦਾ ਸੀ? ਬਹੁਤ ਵੱਡਾ ਰਿਸਕ ਸੀ, ਜੇ ਨਾ ਟਾਈਮ ਨਾਲ ਆਉਂਦੀ ਫਾਇਰ ਬ੍ਰਿਗੇਡ ਤੇ ਬਹੁਤ ਵੱਡਾ ਰਿਸਕ ਸੀ ਇਹ। ਕਿਸ ਤਰ੍ਹਾਂ ਦੇ ਦੇਖਦੇ ਹੋ ਕਿ ਅਜਿਹੀਆਂ ਟਰਾਲੀਆਂ? ਇਹ ਤਾਂ ਬੈਨ ਹੋਣੀ ਚਾਹੀਦੀ ਹੈ ਜੀ, ਬਿਲਕੁਲ ਬੈਨ ਹੋਣਾ ਚਾਹੀਦਾ। ਜਾਂ ਤਾਂ ਇਹ ਮਤਲਬ ਕੋਈ ਇਹਨਾਂ ਦਾ ਕੋਈ ਹੋਵੇ ਤਰੀਕੇ ਨਾਲ ਲੈ ਕੇ ਜਾਣ, ਪਰ ਆ ਜਿਵੇਂ ਖੁੱਲੇ ਆਵੇਂ ਲਈ ਫਿਰਦੇ, ਇਹਦਾ ਤਾਂ ਕੋਈ ਬਹੁਤ ਵੱਡਾ ਹਾਦਸੇ ਨੂੰ ਕਾਰਨ ਬਣ ਸਕਦਾ ਹੈ। ਫੁੱਲ ਲੋਡ ਸੀ ਜੀ, ਫੁੱਲ ਤਾਰਾਂ ਨਾਲ ਸਪਾਰਕ ਹੋਈ ਆ, ਉਹਦੇ ਨਾਲ ਕੋਈ ਹੋਇਆ ਇਹ। ਹਾਈਟ ਜ਼ਿਆਦਾ ਸੀ? ਹਾਈਟ ਜ਼ਿਆਦਾ ਸੀ ਹਾਂਜੀ। ਕਿੰਨੀਆਂ ਟਰਾਲੀਆਂ ਸੀ? ਇਹ ਦੋ ਟਰਾਲੀਆਂ ਸੀ, ਇੱਕ ਤਾਂ ਅੱਗੇ ਚਲੀ ਗਈ ਆ, ਇੱਕ ਰਹਿ ਗਈ ਆ। ਇਹ ਪਿੱਛੋਂ ਥੋੜੀ ਜਿਹੀ ਅੱਗ ਪਈ ਸੀ, ਬਸ ਹੌਲੀ ਹੌਲੀ ਪਿੱਛੋਂ ਇਹਨੂੰ ਮੋਟਰਸਾਈਕਲ ਨੇ ਆਵਾਜ਼ ਵੀ ਦਿੱਤੀ ਵੀ ਰੋਕ ਲਓ, ਪਰ ਉਹਨਾਂ ਨੂੰ ਗੱਲ ਹੀ ਨਹੀਂ ਸੁਣੀ, ਹੌਲੀ ਹੌਲੀ ਅੱਗ ਵੱਧ ਗਈ।